होम न्यूज मैं हां नलिनी। पंजाब के मुख्यमंत्री भगवंत मान वालों पार्टी विच दिन रात मेहनत करने वाले वर्करां नूं हुण वख-वख महकमयां दे विच चेयरमैनियां दे के सन्मान किया जा रहा है। इस दे चलदे आ पटियाला दे सीनियर आप आगू मेघचंद शेरमाजरा दियां पार्टी प्रति सेवावां देखदे हुए उन्हां नूं इंप्रूवमेंट ट्रस्ट दे चेयरमैन दा अहुदा दे के नवाजिया गया। उत्थे पंजाब सरकार अते पंजाब दे मुख्यमंत्री भगवंत मान दे हुक्मां दी पालना करदिया मेघचंद शर्मा वालों अज इंप्रूवमेंट ट्रस्ट दी चेयरमैनी दा अहुदा संभालिया। अहुदा संभालन मौके करवाए गए इस समागम विच पंजाब दे सेहत मंत्री चेतन सिंह जोड़ामाजरा ने विशेष तौर ते शिरकत कीती। उन्हां वल्लों शिरकत करके मेघचंद शेरमाजरा नूं चेयरमैन दी कुर्सी ते बिठा के उन्हां दा कामकाज शुरू करवाया। उत्थे चेतन सिंह जोड़ामाजरा ने पत्रकारां नाल गलबात करदिया जिथे मेघचंद शर्मा नूं वधाई दित्ती उत्थे पंजाब दे मुख्यमंत्री भगवंत मान दा वी तहे दिलों धन्नवाद कीता। उन्हां कहा कि पार्टी विच दिन रात मेहनत करन वाले व्यक्तियां नूं पार्टी विच बंदा मान सन्मान दित्ता जावेगा अते आउण वाले समें विच वी पंजाब दे वख-वख महकमयां विच नवें चेयरमैन लगाए जाणगे। ਉੱਥੇ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਜੋ ਇੰਪਰੂਵਮੈਂਟ ਟਰੱਸਟ ਦੇ ਵਿੱਚ ਲੀਡਰਾਂ ਵੱਲੋਂ ਘਪਲੇ ਕੀਤੇ ਗਏ ਨੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਜਿੱਥੇ ਅਧਿਕਾਰੀਆਂ ਨੂੰ ਕਟਘਰੇ ਵਿੱਚ ਖੜਾ ਕੀਤਾ ਜਾਵੇਗਾ ਉੱਥੇ ਨਗਰ ਸੁਧਾਰ ਟਰੱਸਟ ਵੱਲੋਂ ਲੋਕਾਂ ਨੂੰ ਬੰਦੀਆਂ ਸਹੂਲਤਾਂ ਪ੍ਰਦਾਨ ਕਰਨਾ ਮੇਘਚੰਦ ਸ਼ੇਰਮਾਜਰਾ ਦੀ ਪਹਿਲੀ ਤਰਜੀਹ ਹੋਵੇਗੀ। ਜਰਨੈਲ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਾਡੇ ਸਾਰੇ ਲੀਡਰ ਸਾਹਿਬਾਨ ਨੇ ਬਹੁਤ ਜੇ ਭਰੋਸਾ ਜਤਾਇਆ ਤਾਂ ਉਹਨਾਂ ਨੇ ਇਹ ਭਰੋਸਾ ਜੋ ਮੇਰੇ 'ਤੇ ਰੱਖਿਆ, ਪਰ ਮੈਂ ਵੀ ਸਾਰਿਆਂ ਦੇ ਸਾਹਮਣੇ ਕਹਿੰਦਾ ਕਿ ਇਸ ਭਰੋਸੇ ਨੂੰ ਕਾਇਮ ਰੱਖਣ ਵਿੱਚ ਅਤੇ ਪੂਰੀ ਇਮਾਨਦਾਰੀ ਨਾਲ ਅਤੇ ਮਿਹਨਤ ਨਾਲ ਕੰਮ ਕਰਨ 'ਚ ਮੈਂ ਵੀ ਕੋਈ ਕਸਰ ਨਹੀਂ ਛੱਡੂੰਗਾ। ਮੈਂ ਵੀ ਪੂਰੀ ਇਮਾਨਦਾਰੀ ਨਾਲ ਮਿਹਨਤ ਨਾਲ ਅਤੇ ਆਪਣੇ ਜੋ ਕੰਮ ਕਰੂੰਗਾ। ਬਹੁਤ ਲੋਕਾਂ ਦਾ ਪਿਆਰ ਇਸ ਤਰ੍ਹਾਂ ਮੈਂ ਪਾਰਟੀ ਨਾਲ ਤਕਰੀਬਨ ਸਾਡੇ ਮੰਤਰੀ ਜੀ ਨੇ ਦੱਸਤਾ ਤੁਹਾਨੂੰ, ਅਸੀਂ ਪਹਿਲੇ ਦਿਨ ਤੋਂ ਹੀ 2012-13 ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ। ਇਹ ਸਾਰਾ ਮੇਰਾ ਪਿਆਰ ਹੈ, ਇਹ ਪਾਰਟੀ ਦੇ ਕਰਿੰਦੇ ਵੀ ਨੇ ਅਤੇ ਮੇਰੇ ਸਾਥੀ ਵੀ ਨੇ। ਜਿਹਨੇ ਘਪਲੇ ਕਰੇ ਨੇ ਜੇ ਤੁਹਾਡੇ ਚੋਂ ਵੀ ਕਿਸੇ ਨੇ ਕਰਨਾ ਉਹ ਵੀ ਨਹੀਂ ਬਚਣਾ। ਸਾਰੇ ਦੇਖੋ ਇਕੱਲਾ ਇਕੱਲਾ ਕਰਕੇ ਮੰਤਰੀ ਵੀ ਜਾ ਰਹੇ ਨੇ, ਹੋਰ ਵੀ ਜੇ ਕੋਈ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ। ਅਸੀਂ ਪੰਜਾਬ ਸਰਕਾਰ ਇਮਾਨਦਾਰੀ ਨਾਲ ਰਲਾਉਣ ਜਿਹੜੀ ਚਲਾਉਣਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ। ਤੁਹਾਡੀ ਜ਼ਿੰਮੇਵਾਰੀ 'ਤੇ ਅਸੀਂ ਪੂਰਾ ਇਮਾਨਦਾਰੀ ਨਾਲ ਕੰਮ ਕਰਾਂਗੇ, ਕਿਉਂਕਿ ਤੁਹਾਡੇ ਟੈਕਸਾਂ ਦਾ ਇੱਕ ਇੱਕ ਰੁਪਈਆ ਜਿਹੜਾ ਤੁਸੀਂ ਟੈਕਸ ਭਰਦੇ ਹੋ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਵਾਸਤੇ। ਪੇਂਟਿੰਗ ਵਾਲਾ ਤੁਸੀਂ ਇੱਕ ਜਿਹੜਾ ਦਿੱਤਾ ਸੀਗਾ, ਰਜਿੰਦਰਾ ਹੋਸਪਿਟਲ ਬਣ ਰਹੀ ਸੀਗੀ ਉਹਦਾ ਜਾਂਚ ਦੇ ਦੇਸ਼ ਕਿੱਥੇ ਸਾਰਾ ਕੁਝ ਚੱਲ ਰਿਹਾ ਜੀ। ਕੱਲੀ ਇੱਕ ਕੀ ਹੋਰ ਬਥੇਰੀਆਂ ਜਾਂਚਾਂ ਚੱਲਣਗੀਆਂ, ਉਹਨਾਂ ਦੇ ਰਿਜ਼ਲਟ ਵੀ ਆਉਣਗੇ, ਖਾਲੀ ਕਾਗਜ਼ਾਂ 'ਚ ਨਹੀਂ ਉਹਨਾਂ ਨੇ ਪਏ ਰਹਿਣਾ। ਸੋ ਸਮਾਂ ਦੇਖੋ, ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ, ਸੋ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਦੇ ਜਿਹੜੇ ਪਾਜ ਨੇ ਉਹ ਦੇੜੇ ਜਾਣੇ। ਮੰਤਰੀ ਸਾਹਿਬ, ਪਰਾਲੀ ਦਾ ਮੁੱਦਾ ਮੇਨ ਮੁੱਦਾ ਸੀਗਾ ਜਿਹੜਾ ਅੱਜ ਗੱਲ ਕਰੀਏ, ਭਗਵੰਤ ਮਾਨ ਸਾਹਿਬ ਦੀ ਖੁਦ ਜਿਹੜੀ ਜ਼ਮੀਨ ਆ, ਜੱਦੀ ਜ਼ਮੀਨ ਆ, ਉੱਥੇ ਵੀ ਅੱਗ ਲਗਾਈ ਗਈ ਆ, ਉਸ ਮੁੱਦੇ ਨੂੰ ਕਿਵੇਂ ਦੇਖਦੇ? ਅੱਜ ਦਾ ਜਿਹੜਾ ਮੇਨ ਹੈ ਉਹ ਸਾਡੇ ਮੇਘਚੰਦ ਸ਼ੇਰਮਾਜਰਾ ਜੀ ਕੁਰਸੀ 'ਤੇ ਬੈਠੇ ਨੇ, ਸੋ ਇਹਨਾਂ ਦੇ ਸੰਬੰਧਿਤ ਹੀ ਹੈ, ਸੋ ਇਹਨਾਂ 'ਤੇ ਅੱਜ ਜਿਹੜਾ ਹੈਗਾ ਫੋਕਸ ਰਹੂਗਾ। ਸੋ ਮੇਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ। ਮੰਤਰੀ ਸਾਹਿਬ, ਇੱਕ ਮੰਤਰੀ ਸਾਹਿਬ ਤੁਹਾਡਾ ਨਾਮ ਲੈ ਕੇ ਕੁਝ ਲੋਕ ਸ਼ਹਿਰ ਦੇ ਵਿੱਚ ਲੋਕਾਂ ਨੂੰ ਤੰਗ ਕਰਦੇ ਆ, ਦੁਕਾਨਦਾਰਾਂ ਨੂੰ ਪਰੇਸ਼ਾਨ ਕਰਦੇ ਆ, ਤੁਹਾਡੇ ਕੋਲ ਸ਼ਾਇਦ ਨੌਲੇਜ ਆਇਆ ਹੋਵੇ ਇਸ ਤਰ੍ਹਾਂ ਮਿਲਣ ਆਇਆ ਤੁਹਾਡੇ ਕੋਲ? ਮੇਰੇ ਓਐਸਡੀ ਜਾਂ ਪੀਏ ਨੇ ਉਹ ਵੀ ਇੱਦਾਂ ਦਾ ਕੋਈ ਪੁੱਠਾ ਸਿੱਧਾ ਕੰਮ ਨਹੀਂ ਕਰਦੇ। ਦੂਜਾ ਕੋਈ ਆਪਦੇ ਤੌਰ 'ਤੇ ਕੋਈ ਕਰਦਾ, ਦੇਖੋ ਹਰ ਇੱਕ ਦਾ ਆਪੋ ਆਪਦਾ ਹੋਇਆ। ਵੈਸੇ ਮੈਂ ਕਿਸੇ ਨੂੰ ਇੱਦਾਂ ਦੀ ਕੋਈ ਛੂਟ ਨਹੀਂ ਦਿੱਤੀ ਹੋਈ ਕਿ ਉਹ ਜਾ ਕੇ ਕਿਸੇ ਨੂੰ ਤੰਗ ਪਰੇਸ਼ਾਨ ਕਰੇ। ਸੋ ਮੈਂ ਤਾਂ ਆਪ ਵੀ ਕੋਸ਼ਿਸ਼ ਕਰਦਾ ਵੀ ਕੋਈ ਸਮਾਨ ਲੈਣਾ ਮੈਂ ਆਪ ਲਵਾਂ, ਆਪ ਪੈਸੇ ਦੇਵਾਂ, ਤਾਂ ਕਿ ਮੇਰੇ ਨਾਲ ਕੋਈ ਜਾ ਕੇ ਕੰਮ ਨਾ ਕਰੇ। ਬੈਨ ਦਾ ਉਦਘਾਟਨ ਕੀਤਾ ਸੀਗਾ ਕਿ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਅੱਗੇ ਕਾਰਵਾਈ ਹੋਊਗੀ? ਦੇਖੋ, ਅਸੀਂ ਇਕੱਲਾ ਸਮਾਣਾ ਨਹੀਂ, ਹੋਰ ਵੀ ਬਹੁਤ ਕੁਛ ਕਰਾਂਗੇ, ਬਸ ਥੋੜ੍ਹਾ ਤੁਹਾਡੇ ਸਾਥ ਦੀ ਲੋੜ ਹੈ। ਤੁਸੀਂ ਹੁਣ ਜਿਵੇਂ ਤੁਹਾਨੂੰ ਪਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਪਿੱਠ ਥਪਥਪਾਈ ਆ ਕਿ ਜਿਹੜੇ 100 ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਖੋਲ੍ਹੇ ਗਏ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ, ਉਹਨਾਂ ਨੂੰ ਕੇਂਦਰ ਸਰਕਾਰ ਨੇ ਸਰਾਹਿਆ। ਸੋ ਇੱਥੋਂ ਪਤਾ ਲੱਗਦਾ ਕਿ ਸਰਕਾਰ ਕੰਮ ਕਰ ਰਹੀ ਹੈ। ਸੋ ਉਸ ਨੂੰ ਐਪਰੀਸ਼ੀਏਟ ਕੀਤਾ ਕੇਂਦਰ ਸਰਕਾਰ ਨੇ, ਇੱਕ ਬਾਕਾਇਦਾ ਟੀਮ ਆ ਕੇ ਉਰੇ ਵਿਜ਼ਿਟ ਕਰਕੇ ਸਾਰਾ ਦੇਖ ਕੇ ਗਈ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਉਸੇ ਤਰ੍ਹਾਂ ਤੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਆਮ ਆਦਮੀ ਕਲੀਨਿਕ ਆ ਜਿਹੜੇ।